चलो अंदर में इधर मार इधर तो पाजी मार यार ਅਮਿੰਦਰ ਜੀ ਕਿਤੇ ਫੈਕਟਰੀ ਤੇ ਅੱਗ ਕਿੱਦਾਂ ਲੱਗੀ ਹੈ ਕੋਈ ਇਹ ਅਸੀਂ ਮੈਂ ਤਾਂ ਹੈ ਨਹੀਂ ਸਿੱਧੇ ਮੈਂ ਜਲੰਧਰ ਜਾ ਰਿਹਾ ਸੀ ਕਿਸੇ ਅਫਸੋਸ ਤੇ ਰਸਤੇ ਫੋਨ ਆਇਆ ਵੀ ਉਹ ਸ਼ਾਰਟ ਸਰਕਟ ਹੋਇਆ ਤੇ ਥੋੜ੍ਹੀ ਜਿਹੀ ਅੱਗ ਲੱਗੀ ਇੱਕ ਦੀ ਸ਼ੀਸ਼ੀ ਨੂੰ ਤੇ ਮੈਂ ਉਸ ਵੇਲੇ ਕਾਰ ਮੋੜ ਲਈ ਤੇ ਮੈਂ ਵਾਪਸ ਆ ਗਿਆ ਵਾਪਸ ਆਇਆ ਤੇ ਨਾਜ਼ਰਾਂ ਫਾਇਰ ਬ੍ਰਿਗੇਡ ਨੂੰ ਅਸੀਂ ਫੋਨ ਕਰਤਾ ਅਤੇ ਉਹ ਅੱਗ ਵਧਣੀ ਸ਼ੁਰੂ ਹੋ ਗਈ ਅਤੇ ਫਾਇਰ ਬ੍ਰਿਗੇਡ ਘੱਟੋ ਘੱਟ ਦੇ 1 ਘੰਟੇ ਬਾਅਦ ਆਏ ਸੀਗੇ 1 ਘੰਟੇ ਤੋਂ ਉੱਪਰ ਹੀ ਆਏ ਟਾਈਮ ਤੇਰੇ ਚਲੋ ਅੱਗ ਕਾਫੀ ਲੱਗ ਚੁੱਕੀ ਕੀ ਪ੍ਰੋਡਕਟ ਬਣਦਾ ਸੀ ਸਾਡੇ ਕੈਮੀਕਲ ਦਾ ਕੰਮ ਨਹੀਂ ਸਰ किस चीज़ का कैमिकल है मिल्क डेयरी इंडस्ट्री तो फायर ब्रिगेड कितनी गड्डिया आई हैं टोटल जी टोटल मेरे ख्याल 3 गड्डिया आई हैं टोटल कितनी फैक्ट्रियां नुकसान पहुंचे आसे पासे नहीं पता सानू आसे पासे भी लगी अग सानू पता नहीं तुहाडियां 2 फैक्ट्रियां वाले ये साडी हां 2 की मंग करना चाहते हो प्रशासन में जी जिते हूँ दिवाली का भी टाइम है हूँ जमें आम तो हूँ रूटीन से अग लगी प्रशासन नहीं पहुँच बेनती है कि यह जो फायर ब्रिगेड की गड्डिया नहीं आई हैं लेट आई है इस करके सू तो वो सभी हेल्प की जाए नुकसान टोटल किन्ने का होगा अंदाजा बुलावे सुन सकें ਤੇ ਬਾਕੀ ਇਸ ਤਰ੍ਹਾਂ ਕੋਈ ਇਨਸਾਨੀ ਜਾਨ ਦਾ ਕੋਈ ਨੁਕਸਾਨ ਤਾਂ ਉਹ ਬਚ ਗਿਆ ਜੀ ਉਹ ਬਚ ਗਿਆ ਉਹ ਬਹੁਤ ਬਚ ਗਿਆ ਪਰਮਾਤਮਾ ਨੂੰ ਬਖਸ਼ ਠੀਕ ਹੈ ਥੈਂਕ ਯੂ ਇਹ ਨਹੀਂ ਜੀ ਕਿਸੇ ਤਰ੍ਹਾਂ ਦੀ ਸਪਾਹੀ ਹੋਈ ਹੈ ਤੇ ਦੂਜੇ ਨੰਬਰ ਤੇ ਇਹ ਸਮਾਂ ਅੱਜ ਲੱਗ ਗਿਆ ਫਿਲਹਾਲ ਤੁਸੀਂ ਮੇਰੀ ਬੇਨਤੀ ਨੂੰ ਬੋਲੀ 1.5 ਘੰਟਾ ਤੁਸੀਂ ਸਾਈਡ ਤੇ ਰਹੋ 1.5 ਘੰਟੇ ਬਾਅਦ ਥੋੜਾ ਕੰਮ ਕਰੋ ਤੇ ਆਪਣਾ ਟ੍ਰੈਫਿਕ ਐਸੋਸੀਏਸ਼ਨ